ਜੇ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਰਹੇ ਹੋ ਤਾਂ ਹੋ ਸਕਦਾ ਤੁਹਾਨੂੰ ਮੈਡੀਕਲ ਵੀ ਅਪਡੇਟ ਕਰਨਾ ਪਵੇ ਔਰ ਆਪਣੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰਨ ਦੀ ਰਿਕੁਆਇਰਮੈਂਟ ਹੋਵੇ। ਜੇ ਤੁਹਾਡੀਆਂ ਸਟੱਡੀਜ਼ ਮੈਡੀਕਲ ਰਿਲੇਟਿਡ ਫੀਲਡ ਦੇ ਵਿੱਚ ਸੀਗੀਆਂ, ਫੋਰ ਐਗਜ਼ਾਮਪਲ PSW ਜਿਹਨੂੰ ਪਰਸਨਲ ਸਪੋਰਟ ਵਰਕਰ ਕਹਿ ਦਿੰਦੇ ਹਾਂ, ਅਰਲੀ ਚਾਈਲਡਹੁੱਡ ਐਜੂਕੇਸ਼ਨ ਜਾਂ ਫਿਰ ਕੋਈ ਵੀ ਸਾਇੰਸ ਰਿਲੇਟਿਡ, ਬਿਹੇਵੀਅਰ ਸਾਇੰਸਿਸ ਦੇ ਰਿਲੇਟਿਡ ਜਾਂ ਕੋਈ ਵੀ ਮੈਡੀਕਲ ਰਿਲੇਟਿਡ ਸਟੱਡੀ ਸੀ, ਐਂਡ ਜੋ ਤੁਹਾਡੀ ਜੋਬ ਹੋਊਗੀ ਜੇ ਉਹ ਮੈਡੀਕਲ ਫੀਲਡ ਦੇ ਸੈਟਿੰਗਸ ਦੇ ਵਿੱਚ ਹੋਊਗੀ ਤਾਂ ਤੁਹਾਨੂੰ ਅਪਫਰੰਟ ਮੈਡੀਕਲ ਪ੍ਰੋਵਾਈਡ ਕਰਨ ਦੀ ਰਿਕੁਆਇਰਮੈਂਟ ਹੁੰਦੀ ਹੈ ਜਦੋਂ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੇਸ਼ਨ ਸਬਮਿਟ ਕਰਦੇ ਹੋ। ਜੇ ਤੁਸੀਂ ਮੈਡੀਕਲ ਨਹੀਂ ਸਬਮਿਟ ਕਰਦੇ ਤਾਂ ਤੁਹਾਡਾ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਰੂਵ ਹੋ ਜਾਊਗਾ ਉਸ ਦੇ ਉੱਪਰ ਕੰਡੀਸ਼ਨ ਲਿਸਟਡ ਹੋਊਗੀ ਦੈਟ ਯੂ ਨੀਡ ਅ ਮੈਡੀਕਲ ਜੇ ਤੁਸੀਂ ਹੈਲਥ ਰਿਲੇਟਿਡ ਫੀਲਡਸ ਦੇ ਵਿੱਚ ਜੋਬ ਕਰਨੀ ਹੈ। ਲੈਟਸ ਸੇ ਜੇ ਤੁਹਾਨੂੰ ਤੁਹਾਡੀ ਸਟੱਡੀ ਦੀ ਫੀਲਡ ਦੇ ਵਿੱਚ ਜੋਬ ਮਿਲਦੀ ਆ ਬਟ ਡਿਊ ਟੂ ਮਿਸਿੰਗ ਆਫ ਅ ਮੈਡੀਕਲ ਤੁਸੀਂ ਆਪਣੀ ਜੋਬ ਨਹੀਂ ਸਟਾਰਟ ਕਰ ਸਕੋਗੇ, ਐਂਡ ਤੁਹਾਨੂੰ ਆਪਣਾ ਪਹਿਲਾਂ ਮੈਡੀਕਲ ਕਰਵਾਉਣਾ ਪੈਣਾ, ਫਿਰ ਤੁਹਾਨੂੰ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਜੋ ਕੰਡੀਸ਼ਨ ਲੱਗ ਕੇ ਆਈ ਹੈ ਉਸਨੂੰ ਰਿਮੂਵ ਕਰਵਾਉਣਾ ਪੈਣਾ, ਜਿਸ ਦੇ ਲਈ ਤੁਹਾਨੂੰ PGWP ਦੀ ਐਪਲੀਕੇਸ਼ਨ ਇੱਕ ਵਾਰ ਫਿਰ ਤੋਂ ਸਬਮਿਟ ਕਰਕੇ ਉਹ ਕੰਡੀਸ਼ਨ ਰਿਮੂਵ ਕਰਵਾਉਣੀ ਪੈਣੀ ਆ, ਜੋ ਕਿ ਇੱਕ ਲੰਬਾ ਟਾਈਮ ਪ੍ਰੋਸੈਸ ਹੋ ਸਕਦਾ। ਸੋ ਇਸ ਕਰਕੇ ਮੇਕ ਸ਼ੋਰ ਜਦੋਂ ਤੁਸੀਂ ਆਪਣੀ ਇਨੀਸ਼ੀਅਲ PGWP ਦੀ ਐਪਲੀਕੇਸ਼ਨ ਸਬਮਿਟ ਕਰ ਰਹੇ ਹੋ ਉਸ ਟਾਈਮ ਦੇ ਉੱਤੇ ਹੀ ਤੁਸੀਂ ਆਪਣਾ ਅਪਫਰੰਟ ਮੈਡੀਕਲ ਕਰਵਾ ਕੇ ਆਪਣੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰੋ। ਜੇ ਤੁਸੀਂ ਆਲਰੇਡੀ ਆਪਣੀ PGWP ਦੀ ਐਪਲੀਕੇਸ਼ਨ ਸਬਮਿਟ ਕਰ ਚੁੱਕੇ ਹੋ ਐਂਡ ਇਸ ਟਾਈਮ ਤੁਸੀਂ ਰਿਅਲਾਈਜ਼ ਕਰ ਰਹੇ ਹੋ ਕਿ ਤੁਹਾਨੂੰ ਅਪਫਰੰਟ ਮੈਡੀਕਲ ਪ੍ਰੋਵਾਈਡ ਕਰਨ ਦੀ ਰਿਕੁਆਇਰਮੈਂਟ ਸੀ ਤਾਂ ਹੁਣ ਵੀ ਤੁਸੀਂ ਆਪਣਾ ਅਪਫਰੰਟ ਮੈਡੀਕਲ ਕਰਵਾ ਕੇ ਵੈਬ ਫਾਰਮ ਥਰੂ ਤੁਸੀਂ ਸਬਮਿਟ ਕਰ ਸਕਦੇ ਹੋ, ਆਫੀਸਰ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਤੁਹਾਡੇ ਮੈਡੀਕਲ ਨੂੰ ਐਕਸੈਪਟ ਕੀਤਾ ਜਾਵੇ ਐਂਡ ਤੁਹਾਡੀ ਐਪਲੀਕੇਸ਼ਨ ਦੇ ਨਾਲ ਐਡ ਕਰਕੇ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਸ ਦੇ ਅਕੋਰਡਿੰਗ ਪ੍ਰੋਸੈਸ ਕੀਤਾ ਜਾਵੇ। ਸੋ ਇਸ ਦੇ ਨਾਲ ਤੁਹਾਡੀ PGWP 'ਤੇ ਕੰਡੀਸ਼ਨ ਨਹੀਂ ਲਿਸਟਡ ਹੋਊਗੀ ਐਂਡ ਤੁਸੀਂ ਆਪਣੀ ਸਟੱਡੀ ਦੀ ਫੀਲਡ ਦੇ ਵਿੱਚ ਜੋਬ ਕਰ ਸਕੋਗੇ। Good luck with the applications.